ਰੱਖਣਾ ਹੈ। ਝੋਟੇ ਤੋਂ ਬਿਨਾਂ ਅਤੇ ਸਾਂਢ ਤੋਂ ਬਰੀਡਰ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ। ਕਰਨ ਪੈਮਾਨਾ ਇਹ ਦੇ ਰਿਹਾ, ਜਦੋਂ ਝੋਟੇ ਦੀ ਧੀ ਚੈੱਕ ਕਰਨਗੇ ਅਗਰ ਅੱਛੀ ਹੈ ਤਾਂ ਬਿਲਕੁਲ ਉਹਨੂੰ ਰੱਖਣ, ਮਾਂ ਕੋਲੋਂ ਵਧੀਏ ਤਾਂ ਬਿਲਕੁਲ ਰੱਖਣ, ਅੱਛੀ ਨਿਕਲੀਏ, ਕੱਦ 'ਚ ਅੱਛੀ ਹੈ, ਲੰਬਾਈ 'ਚ ਪੂਰੀ ਹੈ, ਆਰਡਰ ਵਾਲੇ ਪਾਸੋਂ ਉਹਨੇ ਇਸੇ ਵਜ੍ਹਾ ਨਾਲ ਦਿਖਾਈਆਂ ਨੇ ਬਈ ਇੱਕ ਝੋਟੇ ਧੀਆਂ ਸੂਈਆਂ ਨੇ ਨਾ। ਅਸੀਂ ਬਾਬ ਟੂ ਦੀਆਂ ਧੀਆਂ, ਤੁਸੀਂ ਜਦੋਂ ਲੱਖੀ ਚੋ ਕੇ ਗਏ ਹੋ, ਉਹ ਦੂਸਰੀ ਹੀਨੋ ਚੋ ਕੇ ਗਏ ਹੋ, ਬਾਬਰ ਵਨ ਦੀਆਂ ਵਿੱਚ ਆ ਦਿੱਤੀਆਂ, ਬਾਬਰ ਟੂ ਦੀਆਂ ਵਿੱਚ ਆ ਦਿੱਤੀਆਂ, ਇਹਦੀਆਂ ਵੀ ਆ ਹੁਣ ਝੋਟੀਆਂ ਸੋਪੀਆਂ ਨੇ। ਨੁਸਖਾ ਦੱਸੋ, ਕਾੜੇ ਦੱਸੋ, ਕਾੜੇ ਤੇ ਨੁਸਖਿਆਂ 'ਚ ਦੁੱਧ ਨਹੀਂ। ਇਹ ਨੀਲੀ ਵਾਲੇ ਵੀ ਮੇਰਾ ਮਜ਼ਾਕ ਸਮਝਦੇ ਥੇ, ਰਾਵੀ ਵਾਲੇ ਵੀ ਸਮਝਦੇ ਥੇ, ਮੈਨੂੰ ਬੱਚਾ ਸਮਝ ਕੇ ਖਣ ਦਿੰਦੇ ਥੇ, ਕੁਝ ਬੱਚਾ ਸਮਝ ਕੇ ਕਹਿੰਦੇ ਥੇ ਇਹਨੂੰ ਪਤਾ ਨਹੀਂ, ਕੋਈ ਕਹਿੰਦੇ ਥੇ ਇਹਦੇ ਕੋਲ ਪੈਸਾ ਜ਼ਿਆਦਾ ਹੈ, ਇਹਨੇ ਪੈਸਾ ਜ਼ਿਆਦਾ ਭਰਿਆ। 10 ਸਾਲ ਗੱਲਾਂ ਸੁਣੀਆਂ ਨੇ ਜਿਹੜੇ ਸਫ਼ਰ ਵਾਲੀ ਗੱਲ ਕੀਤੀ ਹੈ, ਅਲਹਮਦੁਲਿਲਾ 10 ਸਾਲ ਜਿਹੜੇ ਲੋਕ ਮੇਰੇ ਤੇ ਗੱਲਾਂ ਕਰਦੇ ਥੇ, ਅਲਹਮਦੁਲਿਲਾ ਉਹੀ ਦਨਾ ਲੋਕ ਮੈਨੂੰ ਸ਼ਾਬਾਸ਼ ਦਿੱਤੀ ਹੈ, ਹਾਈ ਸਾਹਿਬ ਅੱਜ ਪਾਕਿਸਤਾਨ 'ਚ ਜੋ ਕੁਝ ਤੈਨੇ ਦਿਖਾਇਆ ਹੈ ਅੱਜ ਸਾਨੂੰ ਮਜ਼ਾ ਆ ਗਿਆ। ਅਸੀਂ ਤੈਨੂੰ ਉਸ ਟਾਈਮ ਕਹਿੰਦੇ ਥੇ, ਮੇਰਾ ਉਸ ਟਾਈਮ ਪਹਿਲਾ ਪੁਆਇੰਟ ਆਰਡਰ ਹੁੰਦਾ ਥਾ, ਪਹਿਲੇ ਪਸੰਦ ਪਹਿਲਾ ਆਰਡਰ, ਦੂਸਰੀ ਮਾਈ ਦਾ ਕੱਦ, ਤੀਸਰੀ ਦੂਸਰੀ ਲੰਬਾਈ, ਤੀਸਰਾ ਕੱਦ, ਫਿਰ ਉੱਤੋਂ ਮਾਈ ਦਾ, ਫਿਰ ਨਾਸਾਂ ਤੋਂ ਲੈ ਕੇ ਨਾ ਸਿਰ ਕੰਨੀ ਪੁੱਠਾ ਪੂਰੇ ਉਹ ਅੰਗ, ਉਹ ਬਾਅਦ 'ਚ ਜਿਹੜੇ ਸਾਡੇ ਦੋਸਤ ਪਹਿਲੇ ਪੁਆਇੰਟ ਗਿਣਦੇ ਨੇ ਨਾ, ਮੈਂ ਕਹਿਣਾ ਉਹ ਕਮਜ਼ੋਰ ਗੱਲ ਕਰਦੇ ਨੇ, ਉਹ ਤਕੜੀ ਗੱਲ ਨਹੀਂ ਕਰਦੇ ਜੀ। ਦੋਸਤੋ ਪਹਿਲਾ ਪੁਆਇੰਟ ਮਾਈ ਦਾ ਕੀ ਹੈ, ਅਗਰ ਮਾਈ ਜਿੱਡੀ ਮੱਝ ਖੂਬਸੂਰਤ ਹੋਵੇ ਦੁੱਧ ਹੀ ਨਾ ਹੋਵੇ ਤਾਂ ਉਹਨੂੰ ਕੀ ਕਰਾਂਗੇ, ਕੁਝ ਵੀ ਨਹੀਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ, ਤੁਸੀਂ ਦੇਖ ਰਹੇ ਜੇ ਪਾਕ ਬਫਲੋ ਟੀਵੀ ਯੂਟਿਊਬ ਚੈਨਲ, ਇਸ ਤੋਂ ਇਲਾਵਾ ਹਾਫਜ਼ ਅਜ਼ਹਰ ਜੱਟ ਅਫੀਸ਼ੀਅਲ ਫੇਸਬੁੱਕ ਪੇਜ। ਦੋਸਤਾਂ ਦੇ ਸ਼ੌਕ ਲਈ ਅੱਜ ਅਸੀਂ ਮੱਝ ਦੀ ਦੁਨੀਆ ਦੇ ਜਾਨੀ ਪਹਿਚਾਨੀ ਸ਼ਖਸੀਅਤ ਹਾਜੀ ਸ਼ੋਕਰ ਡੋਗਰ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ, ਅਤੇ ਅਸੀਂ ਖਸੂਸੀ ਸ਼ੁਕਰੀਆ ਅਦਾ ਕਰਦੇ ਹਾਂ ਹਾਜੀ ਸ਼ੋਕਰ ਡੋਗਰ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੇ ਕੀਮਤੀ ਵਕਤ 'ਚੋਂ ਟਾਈਮ ਵੀ ਦਿੰਦੇ ਆ ਅਤੇ ਮੱਝ ਦਾ ਸ਼ੌਕ ਵੀ ਕਰਵਾਉਂਦੇ ਆ। ਅੱਜ ਦੇ ਸਾਡੀ ਜਿਹੜੀ ਵੀਡੀਓ ਆ ਮੁਖਤਲਿਫ ਹਿੱਸੇ ਹੋਣਗੇ, ਇਹ 'ਚ ਸਭ ਤੋਂ ਪਹਿਲੇ ਹਾਜੀ ਸਾਹਿਬ ਦੇ ਜਿਹੜੇ ਹੋਮ ਬਰੀਡ ਦੇ ਝੋਟੇ ਨੇ, ਬਰੀਡਰ ਨੇ, ਉਹਨਾਂ ਦਾ ਸ਼ੌਕ ਕਰਵਾਇਆ ਜਾਏਗਾ। ਅਤੇ ਬਰੀਡਰ ਝੋਟੇ ਦੀ ਅਹਿਮੀਅਤ ਹਾਜੀ ਸਾਹਿਬ ਬਾਰ ਬਾਰ ਆਪਣੀ ਹਰ ਵੀਡੀਓ 'ਚ ਨਸਲ ਦੀ ਬਿਹਤਰੀ ਲਈ ਜ਼ਿਕਰ ਕਰਦੇ ਆ, ਉਹਦਾ ਅੱਜ ਤਫਸੀਲੀ ਜਾਇਜ਼ਾ ਲਿਆ ਜਾਏਗਾ। ਉਮੀਦ ਆ ਦੋਸਤਾਂ ਨੂੰ ਵੀਡੀਓ ਪਸੰਦ ਆਏਗੀ। ਇਹ ਵੀਡੀਓ ਜਿਹੜੀ ਹਾਜੀ ਸ਼ੋਕਰ ਡੋਗਰ ਸਾਹਿਬ ਦੀ ਵੀਡੀਓ ਹੁੰਦੀ, ਅਕਸਰ ਦੋਸਤਾਂ ਦੀ ਇਹ ਫਰਮਾਇਸ਼ੀ ਵੀਡੀਓ ਹੁੰਦੀ ਹੈ, ਕਿਉਂਕਿ ਇਹਨਾਂ ਦਾ ਹਰ ਸਾਲ ਨਵੀਆਂ ਝੋਟੀਆਂ ਵੀ ਤਿਆਰ ਹੁੰਦੀਆਂ, ਜਿਹੜੀਆਂ ਝੋਟੀਆਂ ਦੀ ਚਵਾਈ ਹੋ ਚੁੱਕੀ ਆ ਲਾਈਵ ਜਾਂ ਮੱਝਾਂ ਵੱਡੀਆਂ ਦੀ, ਉਹ ਦੁਬਾਰਾ ਫਿਰ ਗੱਭਣ ਤਿਆਰੀ ਵਿੱਚ, ਉਹਨਾਂ ਦਾ ਵੀ ਸ਼ੋਅ ਕਰਵਾਇਆ ਜਾਏਗਾ। ਅਤੇ ਇਨਸ਼ਾਅੱਲਾ ਇੱਕ ਮਾਲੂਮਾਤੀ ਸੈਸ਼ਨ ਹੋਏਗਾ, ਦੋਸਤਾਂ ਨੂੰ ਕਾਫੀ ਅੱਛੀ ਲੱਗੇਗੀ। ਅਤੇ ਵੀਡੀਓ ਦੇ ਬਾਰੇ 'ਚ ਦੋਸਤ ਆਪਣੀ ਕਮੈਂਟ ਸੈਸ਼ਨ ਵਿੱਚ ਰਾਏ ਲਾਜ਼ਮੀ ਦੇਣ, ਹੁਣ ਅਸੀਂ ਹਾਜੀ ਸਾਹਿਬ ਨਾਲ ਵੀ ਗੱਪਸ਼ੱਪ ਕਰਨੇ। ਜੀ ਅਸਲਾਮ ਅਲੈਕੁਮ ਹਾਈ ਸਾਹਿਬ। ਵਾਲੇਕੁਮ ਅਸਲਾਮ, ਕੀ ਹਾਲ ਹਾਈ ਸਾਹਿਬ? ਜੀ ਦੁਆ ਅਲਹਮਦੁਲਿਲਾ। ਲੋ ਹਾਈ ਸਾਹਿਬ, ਹਮੇਸ਼ਾ ਦੀ ਤਰ੍ਹਾਂ ਕੋਈ ਆਪਣੇ ਸ਼ੌਕ ਲਈ ਤੇ ਕੋਈ ਦੋਸਤਾਂ ਦੀ ਫਰਮਾਇਸ਼ ਤੇ ਜੀ ਅੱਜ ਅਸੀਂ ਹਾਜ਼ਰ ਹੋਏ ਹਾਂ ਜੀ, ਤੇ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਹਾਈ ਸਾਹਿਬ, ਜਿਹੜਾ ਤੁਸੀਂ ਇੰਟਰਵਿਊ ਦਿੰਦੇ ਜੇ ਅਕਸਰ ਦੋਸਤਾਂ ਨਾਲ, ਜਿਹੜਾ ਹਮ ਕਲਾਮ ਹੁੰਦੇ ਹੋ ਦੋਸਤਾਂ ਨੂੰ ਬਰੀਡ ਤੇ ਦੱਸਦੇ ਹੋ, ਨਸਲ ਦੇ ਉੱਤੇ ਤੁਸੀਂ ਬਹੁਤ ਜ਼ੋਰ ਦਿੰਦੇ ਜੇ ਜੀ, ਉਹਦੇ 'ਚ ਬਰੀਡਰ ਝੋਟੇ ਦੀ ਬੜੀ ਅਹਿਮੀਅਤ ਆ ਜੀ। ਅੱਜ ਅਸੀਂ ਤੁਹਾਡੇ ਕੋਲ ਜਿਹੜਾ ਵਾ ਦੋ ਤਿੰਨ ਹਿੱਸਿਆਂ 'ਚ ਵੀਡੀਓ ਬਣਾਵਾਂਗੇ, ਉਹਦੇ ਵਿੱਚ ਗੱਭਰ ਜਿਹੜੀਆਂ ਮੱਝਾਂ ਆਪਣੀਆਂ ਚਵਾਈ ਵਾਲੀਆਂ, ਜਿਨ੍ਹਾਂ ਨੂੰ ਆਪਾਂ ਪਹਿਲੇ ਚਵਾ ਚੁੱਕੇ ਔਨਲਾਈਨ, ਤੇ ਹੁਣ ਉਹਨਾਂ ਦੀ ਕੀ ਸੂਰਤ ਹਾਲ ਆ, ਉਹ ਵੀ ਸ਼ੋਅ ਕਰਵਾਵਾਂਗੇ ਦੋਸਤਾਂ ਦੀ ਫਰਮਾਇਸ਼ ਆ। ਫਿਰ ਇਸ ਵੇਲੇ ਜਿਹੜਾ ਝੋਟਾ ਸਾਡੇ ਕੋਲ ਮੌਜੂਦ ਆ ਬਾਬਰ 3 ਤੇ ਆਉਣ ਵਾਲਾ ਤੁਹਾਡਾ ਬਰੀਡਰ ਰੁਸਤਮ, ਇਹਦੀ ਇੱਕ ਆਪਾਂ ਗੱਲ ਕਰਾਂਗੇ ਜਿਹੜੀ ਹੁਣ ਇਸ ਵੇਲੇ ਆਪਣੀ ਵੀਡੀਓ ਚੱਲਦੀ ਪਈ ਆ। ਇਸ ਤੋਂ ਇਲਾਵਾ ਫਿਰ ਜਿਹੜੀਆਂ ਬਾਬਰ 3 ਦੀਆਂ ਤੁਹਾਡੇ ਕੋਲ ਮਾਸ਼ਰ ਜਿਹੜੀ 50-60 ਝੋਟੀ ਹੈ ਵਾ, ਇਹਦਾ ਵੀ ਦੋਸਤਾਂ ਨੂੰ ਸ਼ੋਅ ਕਰਵਾਉਣਾ ਤੇ ਗੱਲ ਕਰਨਾ। ਮਕਸਦ ਇਹ ਕਿ ਮੱਝ ਦੀ ਜਿਹੜੀ ਅਹਿਮੀਅਤ ਆ
ਮੱਝ ਨੂੰ ਕਿਵੇਂ ਬਿਹਤਰ ਤੁਸੀਂ ਕੀਤਾ ਵਾ ਆਪਣੇ ਤਜਰਬੇ ਦੇ ਮੁਤਾਬਕ, ਅਤੇ ਗਾਂ ਦੋਸਤ ਕਿਵੇਂ ਬਿਹਤਰ ਕਰ ਸਕਦੇ ਨੇ, ਇਹ ਇਹਦੇ 'ਤੇ ਤੁਸੀਂ ਅੱਜ ਸਾਨੂੰ ਖਸੂਸੀ ਜਿਹੜੇ ਆਪਣੇ ਮਸ਼ਵਰੇ ਦੇਵੋਗੇ ਤਜਰਬੇ ਦੇ ਬਣਾ 'ਤੇ। ਅਤੇ ਅੱਜ ਸਭ ਤੋਂ ਪਹਿਲੇ ਝੋਟੇ ਦੀ ਅਹਿਮੀਅਤ, ਅਤੇ ਜੈਸਾ ਤੁਸੀਂ ਆਪ ਝੋਟੇ ਤਿਆਰ ਕੀਤੇ, ਆਪਣੀ ਬਰੀਡ ਕੀਤੀ ਤਿਆਰ, ਇਹ ਦੋਸਤਾਂ ਨੂੰ ਦੱਸੋ ਜੀ। ਇੱਕ ਤਾਂ ਹਫ ਸਾਹਿਬ ਤੁਸੀਂ ਝੋਟਿਆਂ ਬਾਰੇ ਪੁੱਛਿਆ, ਇੱਕ ਝੋਟੀਆਂ ਬਾਰੇ, ਇੱਕ ਗੱਬਣ ਮੱਝਾਂ ਬਾਰੇ। ਜਿਹੜੀਆਂ ਇਹ ਝੋਟਿਆਂ ਦੀ ਜਿਹੜੀ ਅਹਿਮੀਅਤ ਹੁੰਦੀ ਹੈ ਨਾ, ਇੱਕ ਸਾਡੇ ਦੋਸਤ ਬੜੇ ਪੁਰਾਣੇ ਨੀਲੀ ਰਾਵੀ ਵਾਲੇ, ਹਮੇਸ਼ਾ ਹਰ ਬੰਦਾ ਬਰੀਡਰ ਰੱਖਦਾ ਹੈ। ਜਦੋਂ ਬਰੀਡਰ ਰੱਖਦਾ ਹੈ ਨਾ, ਦੇਖੋ ਅਸੀਂ ਘਰ ਕੋਈ ਸ਼ੈ ਲੈ ਆਉਂਦੇ ਹਾਂ ਨਾ, ਅਤੇ ਅਸੀਂ ਕਹਿੰਦੇ ਯਾਰ ਸਾਫ਼ ਸੁਥਰੀ ਹੋਵੇ, ਕਿਸੇ ਬ੍ਰੈਂਡ ਵਾਲੀ ਦੁਕਾਨ 'ਤੇ ਜਾਈਏ, ਉਹ ਇੱਕ ਅੱਛੀ ਤੋਂ ਅੱਛੀ ਬੱਚਿਆਂ ਵਾਸਤੇ ਲਈਏ, ਆਪਣੇ ਵਾਸਤੇ ਲਈਏ। ਇਸ ਤਰ੍ਹਾਂ ਹੀ ਜਿਹੜੇ ਦੋਸਤਾਂ ਨੇ ਝੋਟਾ ਤਾਂ ਹਰ ਬੰਦੇ ਨੇ ਰੱਖਣਾ ਹੀ ਰੱਖਣਾ, ਝੋਟੇ ਤੋਂ ਬਿਨਾਂ ਅਤੇ ਸਾਂਡ ਤੋਂ ਬਰੀਡਰ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ। ਰਹੀ ਜਦ ਤੱਕ ਥੋੜ੍ਹਾ ਜਿਹਾ ਇਹਦੇ 'ਚ ਅੱਗੇ ਤਾਰਕ ਨੇ ਇੰਟਰਵਿਊ ਲਿਆ ਮੇਰੀ, ਜਦ ਵੀ ਇਹੀ ਗੱਲ ਸੀ, ਅੱਜ ਵੀ ਜਦੋਂ ਥੋੜ੍ਹਾ ਜਿਹਾ ਗਹਿਰਾਈ 'ਚ ਚਲੇ ਜਾਣ, ਜਦੋਂ ਬਰੀਡਰ ਸਿਲੈਕਟ ਕਰਨਾ ਹੈ ਨਾ, ਹਫ ਸਾਹਿਬ ਉਹਦੀ ਮਾਂ ਨੂੰ, ਉਹਦੇ ਆਰਡਰ ਨੂੰ, ਉਹਦੀ ਲੰਬਾਈ ਨੂੰ, ਉਹਦੇ ਦੁੱਧ ਦੇ ਰਿਕਾਰਡ ਨੂੰ ਜਦੋਂ ਤੁਸੀਂ ਚੈੱਕ ਕਰਕੇ, 3-4 ਨਸਲਾਂ, ਪਿਓ, ਦਾਦਾ, ਪੜਦਾਦਾ, ਨਾਨੀ, ਨਾਨਾ। ਦੂਸਰੀ ਗੱਲ ਤੁਹਾਨੂੰ ਦੱਸਾਂ, ਝੋਟਾ ਤਾਂ ਸਾਡੀ ਕੌਮ ਥੋੜ੍ਹਾ ਜਿਹਾ ਜ਼ਿਹਨ ਵਾਲੇ ਪਾਸੇ, ਅਕਲ ਹੋਣਾ ਵੀ ਜ਼ਰੂਰੀ ਹੈ। ਝੋਟੇ ਤਾਂ ਰੱਖ ਰੱਖੇ ਨੇ, ਰੱਖ ਲਏ, ਇੱਕ ਕੱਦ ਏ, ਲੰਬਾਈ ਏ, ਆਰਡਰ ਏ। ਦੂਸਰੀ ਗੱਲ ਇਹ, ਜਿਹੜੇ ਝੋਟੇ ਪਾਕਿਸਤਾਨ 'ਚ ਲੱਖਾਂ ਕਰੋੜਾਂ ਝੋਟੇ ਖੜੇ ਨੇ ਲੋਕਾਂ ਕੋਲ, ਇੱਕ ਪੈਮਾਨਾ ਦੇ ਰਿਹਾ, ਉਹ ਚੈੱਕ ਕਰ ਲੈਣ ਲੋਕ। ਇਹ ਗੱਲ ਜਿਹੜੀ ਪੈਮਾਨੇ ਲਈ ਕੀਤੀ ਹੈ ਨਾ ਆਪ ਸਾਹਿਬ, ਇਹ ਬੜੀ ਤੁਹਾਡੇ ਵਾਸਤੇ ਬਹੁਤ ਬੜੀ ਸਾਡੇ ਸ਼ੁਕੀਨਾ ਵਾਸਤੇ ਗੱਲ ਹੈ। ਜਿਹੜਾ ਪੈਮਾਨਾ ਦੇ ਰਿਹਾ, ਜਿੰਨੇ ਲੋਕਾਂ ਕੋਲ ਝੋਟੇ ਨੇ, ਉਹਨਾਂ ਦੀਆਂ ਧੀਆਂ 'ਤੇ ਹੈ ਮੁਲਕ 'ਤੇ, ਸਾਡੇ ਪਾਕਿਸਤਾਨ ਹਰ ਬੂਹੇ 'ਤੇ, ਹਰ ਬਰੀਡਰ ਛੋਟੇ ਕੋਲ, ਵੱਡੇ ਕੋਲ, ਉਹਦੀਆਂ ਧੀਆਂ 'ਤੇ ਹੈ ਜਾਂ ਨਹੀਂ ਹੈ, ਹੈ ਧੀਆਂ ਖੁੱਲ੍ਹੀ ਕਿਤਾਬ ਹੈ, ਉਹਦੀਆਂ ਧੀਆਂ ਚੈੱਕ ਕਰਨ। ਪੈਮਾਨਾ ਇਹ ਦੇ ਰਹੇ ਹਾਂ, ਜਦੋਂ ਝੋਟੇ ਦੀ ਧੀ ਚੈੱਕ ਕਰਨਗੇ, ਅਗਰ ਅੱਛੀ ਹੈ ਤਾਂ ਬਿਲਕੁਲ ਉਹਨੂੰ ਰੱਖਣ, ਮਾਂ ਕੋਲੋਂ ਵਧੀਏ ਤਾਂ ਬਿਲਕੁਲ ਰੱਖਣ, ਅੱਛੀ ਨਿਕਲੀਏ, ਕੱਦ 'ਚ ਅੱਛੀ ਹੈ, ਲੰਬਾਈ 'ਚ ਪੂਰੀ ਹੈ, ਆਰਡਰ ਵਾਲੇ ਪਾਸੋਂ ਪੂਰੀ ਹੈ। ਆਹ ਤੁਸੀਂ ਬਾਬਰ 3 ਦੀਆਂ ਧੀਆਂ ਦੇਖੀਆਂ ਨਹੀਂ, ਇਹ ਹੁਣ ਅੱਖਾਂ ਨਾਲ ਵੇਖੀਆਂ ਨੇ ਨਾ, ਅਤੇ ਜਦੋਂ ਉਹ ਅਸੀਂ ਮੈਂ ਦੱਸ ਦਿਖਾਈਆਂ ਕਿਉਂ ਨੇ, ਤੁਸੀਂ ਆ ਕੇ ਪੁੱਛਿਆ ਕਿਉਂ ਹੈ, ਮੈਂ ਦਿਖਾਈਆਂ ਕਿਉਂ ਨੇ, ਇਸੇ ਵਜ੍ਹਾ ਨਾਲ ਦਿਖਾਈਆਂ ਨੇ ਬਈ, ਇੱਕ ਝੋਟੇ ਧੀਆਂ ਸੂਈਆਂ ਨੇ ਨਾ। ਅਸੀਂ ਬਾਬਰ 2 ਦੀਆਂ ਧੀਆਂ, ਤੁਸੀਂ ਜਦੋਂ ਲੱਖੀ ਚੋ ਕੇ ਗਏ ਹੋ, ਉਹ ਦੂਸਰੀ ਹੀਨੋ ਚੋ ਕੇ ਗਏ ਹੋ, ਬਾਬਰ 1 ਦੀਆਂ ਵੀ ਚੁਆ ਦਿੱਤੀਆਂ, ਬਾਬਰ 2 ਦੀਆਂ ਵੀ ਚੁਆ ਦਿੱਤੀਆਂ, ਇਹਦੀਆਂ ਵੀ ਆ ਹੁਣ ਝੋਟੀਆਂ ਸੂਪੀਆਂ ਨੇ। ਮਕਸਦ ਦੱਸਣ ਦਾ ਹੈ, ਜਦੋਂ ਸਾਡੇ ਕੋਲ ਇੱਕ ਪੈਮਾਨਾ ਮੌਜੂਦ ਹੈ, ਅਤੇ ਅਸੀਂ ਫਿਰ ਲੁਕਣਾ ਕਾਹਦਾ ਹੈ, ਗੱਲ ਨੂੰ ਸਮਝੋ। ਜਿੰਨੇ ਦੋਸਤਾਂ ਕੋਲ ਝੋਟੇ ਨੇ, ਨੀਲੀ 'ਤੇ, ਰਾਵੀ 'ਤੇ, ਹਿੰਦ, ਆਜ਼ਾਦ ਕਸ਼ਮੀਰ, ਸਿੰਧ ਹੋ ਗਿਆ, ਜਿੱਥੇ ਵੀ ਹੈ, ਉਹ ਭਾਈ ਝੋਟੇ ਦੀਆਂ ਧੀਆਂ ਤਾਂ ਸੂਈਆਂ ਫਿਰਦੀਆਂ ਨੇ। ਆ ਤਾਂ ਉੱਥੋਂ ਪਤਾ ਲੱਗ ਜਾਂਦਾ, 5 ਸਾਲ ਲੱਗਦੇ ਆ, 5 ਸਾਲ ਲੱਗਦੇ ਨੇ ਆ ਕੇ, ਜਿਹੜੇ ਬਰੀਡਰ ਨੇ ਉਹਨੂੰ ਤਾਂ ਤਜਰਬਾ ਕਰ ਰਹੇ ਆ ਅਤੇ ਬਿਹਤਰ ਕਰ ਰਹੇ ਆ, ਬਿਹਤਰ ਇਹ ਪੈਮਾਨਾ ਦੇ ਦਿੱਤਾ। ਹੁਣ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਮੈਨੂੰ ਬੇਸ਼ੁਮਾਰ ਲੱਖਾਂ ਲੋਕ ਇਹ ਫੋਨ ਕਰਦੇ ਨੇ, ਹਾਈ ਸਾਹਿਬ ਸਾਡੀ ਪਹਿਲਣ ਮਾਈ ਸੂਈ ਹੈ, 4 ਕਿਲੋ ਤੋਂ ਉੱਤੇ ਨਹੀਂ ਜਾਂਦੀ, 5 ਲੀਟਰ ਤੋਂ ਉੱਤੇ ਨਹੀਂ ਜਾਂਦੀ, 6 ਤੋਂ ਉੱਤੇ ਨਹੀਂ ਜਾਂਦੀ। ਨੁਸਖਾ ਦੱਸੋ ਸਾਨੂੰ, ਦੁੱਧ ਨੁਸਖਾ ਦੱਸੋ, ਕਾੜੇ ਦੱਸੋ, ਕਾੜੇ ਅਤੇ ਨੁਸਖਿਆਂ 'ਚ ਦੁੱਧ ਨਹੀਂ, ਕੱਤਣ ਨਹੀਂ। ਤੁਹਾਨੂੰ ਜਿਹੜੇ ਲੋਕ ਇੰਝ ਸਾਡੇ ਨਵੇਂ ਬੰਦੇ ਐਵੇਂ ਤੁੱਕਾ ਲਾ ਦਿੰਦੇ ਨੇ ਜੀ, ਆਹ ਕਾੜਾ, ਇਹ ਫਲਾਣਾ ਨੁਸਖਾ, ਇਹ ਫਲਾਣਾ, ਸਭ ਗਲਤ ਹੈ।
ਭਾਈਜਾਨ ਕੁਆਲਿਟੀ ਤੇ ਨਸਲ ਤੇ ਜ਼ੋਰ ਪਹਿਲੇ ਦਿਓ, ਜਦੋਂ ਕੁਆਲਿਟੀ ਹੋਏਗੀ ਨਸਲ ਹੋਏਗੀ ਦੁੱਧ ਫੇਰ ਹੀ ਹੋਏਗਾ। ਦੂਸਰੀ ਗੱਲ ਹੈ ਝੋਟਾ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੈ, ਜਿਹੜੇ ਦੋਸਤਾਂ ਨੇ ਰੱਖੇ ਉਹਨਾਂ ਦੀਆਂ ਧੀਆਂ ਚੈੱਕ ਕਰ ਲੈਣ, ਖੁੱਲ੍ਹਾ ਪੈਮਾਨਾ ਹੈ, ਇਹ ਦੇ ਰਿਹਾ ਇਹ ਇੰਨਾ ਤਾਂ ਬੰਦੇ ਨੂੰ ਅਕਲ ਘੁਮਾਉਣਾ ਚਾਹੀਦਾ ਨਾ, ਇੰਨਾ ਤਾਂ ਘੁਮਾਉਣਾ, ਇੰਨਾ ਤਾਂ ਬੰਦੇ ਨੂੰ ਅਕਲ ਆਉਣੀ ਚਾਹੀਦੀ ਹੈ ਨਾ, ਬਈ ਇੱਕ ਝੋਟਾ ਸਾਡੇ ਕੋਲ ਮੌਜੂਦ ਹੈ ਅਤੇ ਉਹਨੂੰ ਅਸੀਂ ਉਹਦੀਆਂ ਧੀਆਂ 'ਤੇ ਹੈ। ਹੁਣ ਤੁਸੀਂ ਜਿੱਥੇ ਜਿੱਥੇ ਜਾਓਗੇ, ਨੀਲੀ 'ਤੇ ਜਾਓ, ਰਾਵੀ 'ਤੇ ਜਾਓ, ਗੁਜਰਾਤ ਜਾਓ, ਇਸਲਾਮਾਬਾਦ ਜਾਓ, ਲਈਏ ਜਾਓ, ਰਹੀਮ ਯਾਰ ਖਾਂ ਜਾਓ, ਪਾਕ ਪਤਨ ਜਾਓ, ਬਾਵਲ ਨਗਰ ਜਾਓ, ਲਾਹੌਰ ਜਾਓ, ਫੈਸਲਾਬਾਦ ਜਾਓ, ਆਪਣਾ ਕੋਟ ਮੋਮਨ ਜਾਓ, ਸਰਗੋਧਾ ਮੰਡੀ ਬਹੁਤ ਦਿਨ, ਜਿੰਨੇ ਜ਼ਿਲ੍ਹੇ ਹੈ ਉਹ ਦੋਸਤਾਂ ਕੋਲ ਝੋਟੇ ਨੇ, ਤੁਹਾਡਾ ਹੱਕ ਇੱਕ ਸਵਾਲ ਤੇ ਕਰੋ। ਭਾਈ ਸਾਹਿਬ ਤੁਹਾਡੀ ਗੱਲ ਤੇ ਬਜਾ, ਹੁਣ ਝੋਟਾ ਜਿੰਨੀ ਦੇਰ ਝੋਟੀ ਜਵਾਨ ਹੋਣੀ ਹੈ, ਜੇ ਝੋਟਾ ਉਨੀ ਦੇਰ ਨੂੰ ਲੱਭੇਗਾ ਤੇ ਸਵਾਲ ਹੋਏਗਾ। ਹਾਂ ਸਰ, ਬੰਦਿਆਂ ਦੇ ਝੋਟੇ ਗਾਇਬ ਹੋ ਜਾਂਦੇ ਹੈਗੇ, ਐਂਡ ਲੱਗਦਾ ਜਾਂ ਪਸ਼ਾਵਰ ਚਲਾ ਗਿਆ ਜਾਂ ਕਰਾਚੀ ਚਲਾ ਗਿਆ। ਨਾ 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 ਹਾਫ ਸਾਹਿਬ, ਨਾ 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 ਨਾ, ਇਹ ਚੰਦ ਬੰਦਿਆਂ ਦੇ ਸਵਾਲ ਨੇ, ਲੱਖਾਂ ਕਰੋੜਾਂ ਬੰਦਿਆਂ ਕੋਲ ਝੋਟੇ ਮੌਜੂਦ ਨੇ। ਤੁਸੀਂ ਅਗਰ ਇੰਜ ਨਾ ਕਹੋ ਨਾ, ਕੰਮ ਤੁਹਾਡਾ, ਤੁਹਾਡੇ ਮੀਡੀਆ ਨੇ ਬੜਾ ਇਨਕਲਾਬ ਆਉਂਦਾ, ਮੀਡੀਆ ਨੇ ਲੋਕਾਂ ਨੂੰ ਦਿਖਾਇਆ, ਲੱਖਾਂ ਲੋਕਾਂ ਦਾ ਸ਼ੌਕ ਕਰਾ ਰਹੇ ਹੋ। ਇੱਕ ਗੱਲ ਯਾਦ ਰੱਖਣਾ, ਇਹ ਜਿਹੜੀ ਤੁਸੀਂ ਕਹਿ ਰਹੇ ਹੋ ਪਿਸ਼ਾਵਰ, ਇਹ ਘੱਟ ਬੰਦੇ ਨੇ, ਲੱਖਾਂ ਕਰੋੜਾਂ ਬੰਦਿਆਂ ਕੋਲ ਝੋਟੇ ਮੌਜੂਦ ਨੇ ਇਸ ਟਾਈਮ। ਉਹਨਾਂ ਦੀਆਂ ਧੀਆਂ ਚੈੱਕ ਕਰ ਲੈਣੀ, ਖੁੱਲ੍ਹੀ ਕਿਤਾਬ ਹੈ, ਝੋਟੇ ਦੀ ਬਰੀਡਿੰਗ ਦਾ ਪਤਾ ਲੱਗ ਜਾਏਗਾ। ਇੱਕ ਝੋਟਾ ਤਾਂ ਉਹ ਏ ਬਈ ਧੀਆਂ ਦੁੱਧੇ ਲੀਆਂ ਵੀ ਪੈਦਾ ਹੋਣ, ਕਾਦੇ ਲੀਆਂ ਵੀ ਪੂਰੀਆਂ ਹੋਣ, ਲੰਬਾਈ 'ਚ ਵੀ ਪੂਰੀਆਂ ਹੋਣ, ਫਿਰ ਉਹ ਦੁੱਧ ਦੀ ਲੰਬਾਈ ਵੀ, ਜਿਵੇਂ ਤੁਸੀਂ ਕੱਲ੍ਹ ਮੱਝਾਂ ਚੋਈਆਂ ਨੇ 7 ਮਹੀਨਿਆਂ ਦੀਆਂ, ਤੁਸੀਂ ਦੁੱਧ ਵੇਖਦੇ ਨਹੀਂ ਰਹੇ ਵੀ 2-2 ਸਾਲ ਮੱਝਾਂ ਨੇ ਦੁੱਧ ਦਿੱਤਾ, ਡੇਢ ਡੇਢ ਸਾਲ ਦਿੱਤਾ। ਤੁਸੀਂ ਮਾਸ਼ਾਅੱਲਾ 7 ਝੋਟੇ ਗਿਣਾਉਂਦੇ ਜੇ? ਹਾਂਜੀ, 7 ਗਿਣਵਾਣਾ। ਇਹ ਹੁਣ ਕਿੰਨੀਆਂ ਨਸਲਾਂ ਦਾ ਜਿਹੜਾ ਤੁਹਾਡੇ ਕੋਲ ਇਸ ਵੇਲੇ? ਇਹਦਾ ਜਿਹੜਾ ਉਹ ਇੱਧਰ ਲਾਇਆ ਬਈ, ਉਹ ਲਾਇਆ, ਇਹ ਜਿਹੜਾ ਆ ਗਿਆ ਇਹਦਾ ਪੁੱਤਰ ਏ ਰੁਸਤਮ, ਇਹ ਜਿਹੜਾ ਘਟਾ ਆ ਰਿਹਾ, ਇਹ ਬਾਬਰ ਫਰੀਦ ਹੈ, ਇਹ ਰੁਸਤਮ ਬਾਬਰ ਫਰੀਦ ਹੈ। ਬਾਬਰ 3 ਦਾ ਪਿਓ ਬਾਬਰ 2 ਏ, ਬਾਬਰ 2 ਦਾ ਪਿਓ ਬਾਬਰ 1 ਏ, ਬਾਬਰ 1 ਦਾ ਪਿਓ ਰੁਸਤਮ ਏ, ਰੁਸਤਮ ਦਾ ਪਿਓ ਭੋਲਾ ਏ, ਭੋਲਾ ਦਾ ਪਿਓ ਖੁੰਡਾ ਏ। ਉਹ ਮੈਂ ਮਾਵਾਂ ਸੈਕਿੰਡ ਵਿੱਚ ਤੁਸੀਂ ਇਹ 7 ਨਸਲਾਂ ਗਿਣਾਈਆਂ, ਤੇ 7 ਨਸਲਾਂ ਦਾ ਸਫ਼ਰ ਕਿੰਨੇ ਸਾਲ 'ਚ ਹੋਇਆ ਤੁਹਾਡਾ? ਇਹ ਬੜੇ ਉਸ ਟਾਈਮ ਸਾਲ 30 ਸਾਲ। ਨਵੇਂ ਬੰਦਿਆਂ ਵਾਸਤੇ ਇੱਕ ਗੱਲ ਯਾਦ ਆ ਗਈ, ਤੁਸੀਂ ਬੜੀ ਇੱਕ ਸਵਾਲ ਮੈਨੂੰ ਯਾਦ ਕਰਾ ਦਿੱਤਾ। ਉਹ ਕੱਲ੍ਹ ਇੱਕ ਦੋਸਤ ਨੇ ਮੈਨੂੰ ਕਾਲ ਕੀਤਾ, ਯਾਰ ਮੇਰੇ 'ਤੇ ਲੋਕ ਚਾਗਾਂ ਬੜੀਆਂ ਕਰਦੇ ਨੇ, 10 ਸਾਲ ਜਦੋਂ ਮੇਰਾ ਬਚਪਨ ਥਾ ਨਾ, ਇਹ ਨੀਲੀ ਵਾਲੇ ਵੀ ਮੇਰਾ ਮਜ਼ਾਕ ਸਮਝਦੇ ਥੇ, ਰਾਵੀ ਵਾਲੇ ਵੀ ਸਮਝਦੇ ਥੇ, ਮੈਨੂੰ ਬੱਚਾ ਸਮਝ ਕੇ ਮੱਝਾਂ ਦਿੰਦੇ ਥੇ, ਕੁਝ ਬੱਚਾ ਸਮਝ ਕੇ ਕਹਿੰਦੇ ਥੇ ਇਹਨੂੰ ਪਤਾ ਨਹੀਂ, ਕੋਈ ਕਹਿੰਦੇ ਥੇ ਇਹਦੇ ਕੋਲ ਪੈਸਾ ਜ਼ਿਆਦਾ ਹੈ, ਇਹਨੇ ਪੈਸਾ ਜ਼ਿਆਦਾ ਭਰਿਆ। 10 ਸਾਲ ਗੱਲਾਂ ਸੁਣੀਆਂ ਨੇ, ਜਿਹੜੇ ਸਫ਼ਰ ਵਾਲੀ ਗੱਲ ਕੀਤੀ ਹੈ, ਅਲਹਮਦੁਲਿਲਾ 10 ਸਾਲ ਜਿਹੜੇ ਲੋਕ ਮੇਰੇ ਤੇ ਗੱਲਾਂ ਕਰਦੇ ਥੇ, ਅਲਹਮਦੁਲਿਲਾ ਉਹੀ ਦਨਾ ਲੋਕ ਮੈਨੂੰ ਸ਼ਾਬਾਸ਼ ਦਿੱਤੀ ਹੈ। ਹਾਈ ਸਾਹਿਬ ਅੱਜ ਪਾਕਿਸਤਾਨ 'ਚ ਜੋ ਕੁਝ ਤੈਨੇ ਦਿਖਾਇਆ ਹੈ, ਅੱਜ ਸਾਨੂੰ ਮਜ਼ਾ ਆ ਗਿਆ। ਅਸੀਂ ਤੈਨੂੰ ਉਸ ਟਾਈਮ ਕਹਿੰਦੇ ਥੇ, ਮੇਰਾ ਉਸ ਟਾਈਮ ਪਹਿਲਾ ਪੁਆਇੰਟ ਆਰਡਰ ਹੁੰਦਾ ਥਾ, ਜਿਹੜੀ ਮੱਝ ਦਾ ਆਰਡਰ ਲੰਬਾਈ ਕੱਦ ਨਹੀਂ, ਦੂਸਰੀਆਂ ਚੀਜ਼ਾਂ ਮੈਂ ਰੱਖਦਾ ਤਾਂ ਬਾਅਦ 'ਚ, ਪਹਿਲੇ ਪਸੰਦ, ਪਹਿਲਾ ਆਰਡਰ, ਦੂਸਰੀ ਮੱਝ ਦਾ ਕੱਦ, ਤੀਸਰੀ ਦੂਸਰੀ ਲੰਬਾਈ, ਤੀਸਰਾ ਕੱਦ, ਫਿਰ ਉੱਤੋਂ ਮੱਝ ਦਾ, ਫਿਰ ਨਾਸਾਂ ਤੋਂ ਲੈ ਕੇ ਨਾ ਸਿਰ ਕੰਨੀ ਪੁੱਠਾ ਪੂਰੇ ਉਹ ਅੰਗ, ਉਹ ਬਾਅਦ 'ਚ। ਜਿਹੜੇ ਸਾਡੇ ਦੋਸਤ ਪਹਿਲੇ ਪੁਆਇੰਟ ਗਿਣਦੇ ਨੇ ਨਾ, ਮੈਂ ਕਹਿਣਾ ਉਹ ਕਮਜ਼ੋਰ ਗੱਲ ਕਰਦੇ ਨੇ,
ਉਹ ਤਕੜੀ ਗੱਲ ਨਹੀਂ ਕਰਦੇ। ਮੱਝ ਦਾ ਕੰਮ ਕੀ ਹੈ? ਤੁਸੀਂ ਗੱਲ ਦੱਸੋ, ਤੁਸੀਂ ਦੁਨੀਆ 'ਚ ਫਿਰਦੇ ਹੋ, ਤੁਹਾਡੇ ਕੋਲੋਂ ਮੀਡੀਆ ਕੋਲੋਂ ਤਾਂ ਚੰਗਾ ਕੋਈ ਜ਼ਿਆਦਾ ਨਹੀਂ ਜਾਣਦਾ ਨਾ, ਤੁਸੀਂ ਫਿਰਦੇ ਹੋ ਬਾਹਰ, ਤੁਸੀਂ ਸੱਚੀ ਦੱਸੋ ਪਹਿਲਾ ਪੁਆਇੰਟ ਮੱਝ ਦਾ ਕੀ ਹੈ? ਅਗਰ ਮੱਝ ਜਿੱਡੀ ਮੱਝ ਖੂਬਸੂਰਤ ਹੋਵੇ, ਦੁੱਧ ਹੀ ਨਾ ਹੋਵੇ ਤਾਂ ਉਹਨੂੰ ਕੀ ਕਰਾਂਗੇ? ਕੁਝ ਵੀ ਨਹੀਂ। ਪਹਿਲਾ ਪੁਆਇੰਟ ਦੁੱਧ ਹੈ। ਦੁੱਧ ਕਿਸ ਤਰ੍ਹਾਂ ਬਣੇਗਾ? ਇੰਜ ਨਹੀਂ ਬਣਦਾ ਬਈਆ ਭਾਈ ਜਾਨ, ਅੱਜ ਦੇਖੋ ਨਾ, ਅੱਜ ਗਰੀਬ ਆਦਮੀ ਵਾਸਤੇ ਇੱਕ ਚੰਗੇ ਬਰੀਡਰ ਦੀਆਂ ਸਿਰਫ 6 ਧੀਆਂ ਜਾਂ 5 ਘਰ ਦੀਆਂ ਸੂਪ ਹਨ ਨਾ, ਤਾਂ ਇਹ ਸਮਝੋ ਵੀ ਤੁਹਾਡੀ ਸਾਲ ਦੀ ਰੋਟੀ ਅੱਲਾ ਨੇ ਰੋਜ਼ੀ ਦੇ ਦੇਣੀ।